ਸਤਿ ਸ਼੍ਰੀ ਅਕਾਲ, ਮੈਂ ਸੁਖਜਿੰਦਰ ਸਿੰਘ ਹੋਪ ਇਮੀਗ੍ਰੇਸ਼ਨ ਸਰਵਿਸ ਤੋਂ। ਅੱਜ ਤੁਹਾਡੇ ਲਈ ਛੋਟੀ ਜਿਹੀ ਇੱਕ ਇਨਫੋਰਮੇਸ਼ਨ ਵੀਡੀਓ ਲੈ ਕੇ ਹਾਜ਼ਰ ਹਾਂ। ਪਹਿਲਾਂ ਤਾਂ ਮੈਂ ਸਾਰਿਆਂ ਨੂੰ ਉਮੀਦ ਕਰਦਾ ਕਿ ਤੁਸੀਂ ਸਾਰੇ ਮੇਰੇ ਭੈਣ ਭਰਾ ਸਾਰੇ ਜੋ ਵੀ ਵਾਚ ਕਰ ਰਹੇ ਆ ਸਾਰੇ ਠੀਕ ਠਾਕ ਹੋਵੋਗੇ। ਬੇਨਤੀ ਇਹੀ ਹੈ ਵੀ ਗੌਰਮੈਂਟ ਦੀਆਂ ਜਿੰਨੀਆਂ ਇੰਸਟਰਕਸ਼ਨਸ ਜਿਹੜੀਆਂ ਗੌਰਮੈਂਟ ਦੇ ਜਿੱਥੇ ਤੁਸੀਂ ਰਹਿੰਦੇ ਹੋ ਉਹਨਾਂ ਨੂੰ ਫੋਲੋ ਕਰੋ ਅਤੇ ਚੜ੍ਹਦੀ ਕਲਾ 'ਚ ਰਹੋ, ਆਪਾਂ ਇਸ ਸਮੇਂ 'ਚੋਂ ਵੀ ਨਿਕਲ ਜਾਣਾ ਹੈਗਾ। ਹੁਣ ਮੈਂ ਆਵਾਂ ਆਸਟ੍ਰੇਲੀਆ ਦੇ ਇੱਕ ਜਦੋਂ ਦਾ ਇਹ ਸ਼ੁਰੂ ਹੋਇਆ COVID-19, ਉੱਥੋਂ ਨਾਲ ਹੀ ਜਲਦੀ ਹੀ ਗੌਰਮੈਂਟ ਨੇ ਇੱਕ ਇੰਸਟਰੂਮੈਂਟ ਲੈਜਿਸਲੇਟਿਵ ਇੰਸਟਰੂਮੈਂਟ ਪਾਸ ਕਰਤਾ ਸੀਗਾ। COVID-19 ਦੇ ਡਿਊਰਿੰਗ ਕਈ ਜਿਹੜੇ ਔਨ ਸ਼ੋਰ ਬੈਠੇ ਨੇ ਟੈਂਪਰੇਰੀ ਵੀਜ਼ਾਸ 'ਤੇ, ਵੈਦਰ ਸਟੂਡੈਂਟ ਵੀਜ਼ਾ 'ਤੇ ਬੈਠੇ ਆ, ਕਿਸੇ ਹੋਰ ਟੈਂਪਰੇਰੀ ਵੀਜ਼ਾ 'ਤੇ ਬੈਠੇ ਨੇ, ਜੇ ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦਾ ਜਿਹੜਾ ਉਹ ਵੀਜ਼ਾ ਹੈ ਉਹ ਹੋਰ ਐਕਸਟੈਂਡ ਨਹੀਂ ਹੋ ਸਕਦਾ ਜਾਂ ਕਿਸੇ ਹੋਰ ਕੈਟਾਗਰੀ ਵਿੱਚ ਉਹ ਕ੍ਰਾਈਟੀਰੀਆ ਮੀਟ ਨਹੀਂ ਕਰਦੇ, ਅਤੇ ਉਹ ਕ੍ਰਿਟੀਕਲ ਜਿਹੜਾ ਸੈਕਟਰ ਹੈ, ਏਜਡ ਕੇਅਰ ਹੈ, ਨਰਸਿੰਗ ਹੋਮਸ ਨੇ, ਹੋਸਪਿਟਲਸ ਹੈ, ਡਿਸੇਬਿਲਿਟੀ ਵਰਕ ਵਿੱਚ ਹੈਗੇ ਨੇ ਜਾਂ ਉਹ ਜਾਂ ਚਾਈਲਡ ਕੇਅਰ ਵਰਕ 'ਚ ਨੇ ਜਾਂ ਹੋਰ ਅਸੈਂਸ਼ੀਅਲ ਸਰਵਿਸ ਵਿੱਚ ਉਹ ਕੰਮ ਕਰਦੇ ਨੇ, ਜਾਂ ਉਹਨਾਂ ਕੋਲ ਸਕਿੱਲ ਸੈੱਟ ਹੈਗਾ ਵੀ ਉਹਨਾਂ ਖੇਤਰਾਂ ਦੇ ਵਿੱਚ ਕੰਮ ਕਰ ਸਕਦੇ ਨੇ, ਉਹਨਾਂ ਦਾ ਮੇਨ ਮੋਟਿਵ ਹੈ ਵੀ ਉਹ ਜਿਹੜਾ ਅੱਜ ਕੱਲ੍ਹ ਇਸ ਔਖਾ ਸਮਾਂ ਚੱਲ ਰਿਹਾ, ਅਸੈਂਸ਼ੀਅਲ ਸਰਵਿਸ ਜਿਹੜੀ ਹੈ ਕ੍ਰਿਟੀਕਲ ਸੈਕਟਰ ਆ, ਉਹਦੇ ਵਿੱਚ ਜੇ ਉਹ ਆਪਣਾ ਯੋਗਦਾਨ ਪਾ ਸਕਦੇ ਨੇ ਤਾਂ ਉਹਨਾਂ ਲਈ ਉਹਨਾਂ ਨੇ ਇਹ ਇੰਸਟਰੂਮੈਂਟ ਪਾਸ ਕਰਕੇ 408 ਵੀਜ਼ਾ ਦੇ ਵਿੱਚ ਈਵੈਂਟ ਜਿਹੜਾ ਹੈ COVID-19 ਇਹਨੂੰ ਇੰਡੋਰਸ ਕਰ ਦਿੱਤਾ ਵੀ ਆਸਟ੍ਰੇਲੀਅਨ ਗੌਰਮੈਂਟ ਇੰਡੋਰਸਡ ਈਵੈਂਟ ਹੈ। ਇਹਦਾ ਮਤਲਬ ਹੈ ਵੀ ਤੁਹਾਨੂੰ ਸਪੋਂਸਰ ਨਹੀਂ ਚਾਹੀਦਾ, ਬਟ ਜੇ ਤੁਹਾਡੇ ਕੋਲ ਕੋਈ ਟੈਂਪਰੇਰੀ ਵੀਜ਼ਾ ਦੇ ਤੁਸੀਂ ਇੱਥੇ ਹੋ, ਤੁਹਾਡਾ ਜਿਹੜਾ ਟੈਂਪਰੇਰੀ ਵੀਜ਼ਾ ਨੈਕਸਟ 28 ਡੇਜ਼ ਦੇ ਵਿੱਚ ਖਤਮ ਹੋ ਰਿਹਾ ਜਾਂ 28 ਡੇਜ਼ ਤੋਂ ਘੱਟ ਹੋਏ ਨੇ ਕਿ ਖਤਮ ਹੋ ਗਿਆ, ਤਾਂ ਤੁਹਾਨੂੰ ਲੱਗਦਾ ਵੀ ਹੋਰ ਕਿਸੇ ਵੀਜ਼ੇ ਲਈ ਤੁਹਾਡਾ ਕ੍ਰਾਈਟੀਰੀਆ ਤੁਸੀਂ ਨਹੀਂ ਮੀਟ ਕਰਦੇ, ਫੋਰ ਐਗਜ਼ਾਮਪਲ ਆਪਾਂ ਕਹਿ ਲਈਏ ਵੀ ਬੰਦਾ ਸਟੂਡੈਂਟ ਵੀਜ਼ੇ 'ਤੇ ਹੈ ਅਤੇ ਉਹਨੂੰ ਲੱਗਦਾ ਵੀ ਮੈਂ ਹੁਣ ਪੜ੍ਹਾਈ ਕਰ ਲਈ ਹੈ ਜਾਂ ਮੈਂ ਹੁਣ ਜੇ ਗਾਂਹ ਵੀਜ਼ਾ ਲਾਂਚ ਕਰਦਾ ਅਤੇ ਡਿਪਾਰਟਮੈਂਟ ਜੈਨੂਅਨ ਐਂਟਰਡ ਕ੍ਰਾਈਟੀਰੀਆ 'ਤੇ ਮੈਨੂੰ ਕੁਐਸਚਨ ਕਰ ਸਕਦਾ, ਜਾਂ ਕੋਈ ਬੰਦਾ 482 ਵੀਜ਼ੇ 'ਤੇ ਵੀ ਹੈਗਾ ਅਤੇ ਉਹਨੂੰ ਲੱਗਦਾ ਵੀ ਮੇਰਾ ਹੁਣ ਸਪੋਂਸਰ ਹੈ ਨਹੀਂ ਹੈ, ਹੋਰ ਕਈ ਇੱਦਾਂ ਦੀਆਂ ਸਿਚੁਏਸ਼ਨਸ ਆ ਸਕਦੀਆਂ ਨੇ ਜਿਹੜੀਆਂ ਕੇਸ ਟੂ ਕੇਸ ਬੇਸਿਸ ਵੀ ਕੈਨ ਡਿਸਕਸ ਦੋਸ ਦਾ। ਸੋ ਐਂਡ ਆਫ ਦਾ ਡੇ ਜੇ ਅਜਿਹਾ ਕੋਈ ਸਿਚੁਏਸ਼ਨ ਹੈ ਤੁਹਾਡੀ ਤਾਂ ਗੌਰਮੈਂਟ ਨੇ ਇਹ ਜਿਹੜਾ ਟੈਂਪਰੇਰੀ ਵਿਜ਼ਟਰ ਹੈ ਜਾਂ ਟੈਂਪਰੇਰੀ ਜਿੰਨੇ ਵੀ ਵੀਜ਼ਾ ਹੋਲਡਰ ਨੇ ਉਹਨਾਂ ਵਾਸਤੇ ਇੱਕ 408 ਵੀਜ਼ੇ ਵਿੱਚ ਸਟ੍ਰੀਮ ਦੇ ਵਿੱਚ ਇੰਡੋਰਸ ਕਰ ਦਿੱਤਾ ਵੀ COVID-19 ਇਜ਼ ਏ ਆਸਟ੍ਰੇਲੀਅਨ ਗੌਰਮੈਂਟ ਇੰਡੋਰਸਡ ਈਵੈਂਟ, ਇਹਦੇ ਆਧਾਰ 'ਤੇ ਤੁਸੀਂ ਆਪਣਾ ਵੀਜ਼ਾ ਲੌਂਚ ਕਰ ਸਕਦੇ ਹੋ, ਤੁਹਾਨੂੰ ਸਪੋਂਸਰ ਨਹੀਂ ਚਾਹੀਦਾ। ਜਿਹੜਾ ਇਹ ਇੱਕ ਪਿੱਛੇ ਜਿਹਾ ਆਇਆ ਹੈ ਵੀ ਇਹ ਨਵਾਂ ਵੀਜ਼ਾ ਆਇਆ, ਇਹ ਨਵਾਂ ਵੀਜ਼ਾ ਨਹੀਂ ਹੈ, 408 ਜਿਹੜਾ ਵੀਜ਼ਾ ਹੈ ਪੁਰਾਣਾ ਵੀਜ਼ਾ ਹੈ। ਇਹਦੇ ਵਿੱਚ ਕਾਫੀ ਸਟ੍ਰੀਮਸ ਨੇ, ਰਿਲੀਜੀਅਸ ਵਰਕਰਸ ਨੂੰ ਤੁਸੀਂ ਸਪੋਂਸਰ ਕਰ ਸਕਦੇ ਹੋ, ਸਕੂਲ ਐਕਸਚੇਂਜ ਪ੍ਰੋਗਰਾਮ ਹੋ ਸਕਦਾ, ਯੂਥ ਐਕਸਚੇਂਜ ਪ੍ਰੋਗਰਾਮ ਹੋ ਸਕਦਾ, ਰੀਸਰਚ ਵਾਸਤੇ ਹੋ ਸਕਦਾ। ਉਸੇ ਤਰ੍ਹਾਂ ਇੱਕ ਉਹਦੇ 'ਚ ਸਟ੍ਰੀਮ ਹੈਗੀ ਹੈ ਆਸਟ੍ਰੇਲੀਅਨ ਗੌਰਮੈਂਟ ਇੰਡੋਰਸਡ ਈਵੈਂਟ, ਉਹਨਾਂ ਨੇ ਸਿਰਫ ਈਵੈਂਟ ਜਿਹੜਾ ਇਹ COVID-19 ਆ ਉਹਨੂੰ ਇੰਡੋਰਸ ਕਰ ਦਿੱਤਾ ਵੀ ਇਹ ਸਿਚੁਏਸ਼ਨ ਜਿਹੜੀ ਹੈ ਜਿਹੜੀ ਇਹ ਡਿਫੀਕਲਟ ਚੱਲ ਰਿਹਾ ਸਾਰੀ ਮਨੁੱਖਤਾ ਦੇ ਵਿੱਚ, ਇਸ ਐਕਸੈਪਸ਼ਨਲ ਸਰਕਮਸਟਾਂਸਿਸ ਵਿੱਚ ਅਸੀਂ ਇਹਨੂੰ ਈਵੈਂਟ ਨੂੰ ਇੰਡੋਰਸ ਕਰਦੇ ਹਾਂ ਅਤੇ ਲੋਕ ਜਿਹੜੇ ਨੇ ਜਿਹੜੇ ਪਰੰਪਰੀ ਵੀਜ਼ਾ ਹੋਲਡਰ ਨੇ ਉਹ ਵੀਜ਼ਾ ਲੌਂਚ ਕਰ ਸਕਦੇ ਨੇ। ਇਹਦੀ ਉਹਨਾਂ ਨੇ ਫੀਸ ਵੀ ਮਾਫ਼ ਕਰ ਦਿੱਤੀ ਹੈਗੀ ਹੈ। ਸੋ ਇਹਦਾ ਜਿਹੜੀ ਸਪੈਸੀਫਿਕਸ ਨੇ ਕਿਸੇ ਵੀ ਕੇਸ 'ਤੇ ਉਹ ਡਿਫਰੈਂਟ ਕੇਸ ਟੂ ਕੇਸ ਹੁੰਦੇ ਨੇ। ਸੋ ਵੀ ਆਰ ਆਲਵੇਜ਼ ਦੇਅਰ ਟੂ ਹੈਲਪ। ਤੁਸੀਂ ਹੋਪ ਇਮੀਗ੍ਰੇਸ਼ਨ ਸਰਵਿਸ ਨੂੰ ਥੱਲੇ ਦਿੱਤੇ ਦੋ ਨੰਬਰਾਂ 'ਤੇ, ਇੱਕ ਸੁਖਜਿੰਦਰ ਸਿੰਘ ਦਾ ਹੈ, ਇੱਕ ਵਿਨੋਦ ਕੁਮਾਰ ਦਾ ਹੈ, ਇਹਨਾਂ ਨੂੰ ਤੁਸੀਂ ਕਾਲ ਸਕਦੇ ਹੋ, ਕਰ ਸਕਦੇ ਹੋ ਕਿਸੇ ਵੇਲੇ ਵੀ ਡਿਊਰਿੰਗ ਬਿਜ਼ਨਸ ਆਵਰਸ, ਅਸੀਂ ਪ੍ਰੈਫਰ ਕਰਾਂਗੇ। ਸਾਡੀ ਇਸ ਵੇਲੇ ਐਡਵਾਈਸ ਜਿਹੜੀ ਹੈ ਡਿਊਰਿੰਗ ਦਿਸ ਪੀਰੀਅਡ ਫਰੀ ਚੱਲਦੀ ਪਈ ਹੈ, ਅਸੀਂ ਕਿਸੇ ਵੀ ਭੈਣ ਭਰਾ ਨੇ ਜੇ ਕੋਈ ਵੀ ਕੁਐਸਚਨ ਹੈ ਉਹਨਾਂ ਦਿਮਾਗ 'ਚ, ਕੋਈ ਕੁਐਸਚਨ ਹੈਗਾ ਜਾਂ ਕੋਈ ਹੈ, ਉਹ ਸਾਨੂੰ ਪੁੱਛ ਸਕਦੇ ਨੇ। ਅਸੀਂ ਇਹਦੇ ਵਾਸਤੇ ਕੋਈ ਵੀ ਫੀਸ ਨਹੀਂ ਰੱਖੀ ਹੋਈ। ਅਤੇ ਇਸ ਵੀਜ਼ੇ ਵਾਸਤੇ ਜੇ ਤੁਹਾਨੂੰ ਲੱਗਦਾ ਹੈ ਵੀ ਤੁਸੀਂ ਐਲੀਜੀਬਲ ਹੋ ਜਾਂ ਕਿਸੇ ਹੋਰ ਵਾਸਤੇ ਨਹੀਂ ਹੋ, ਤਾਂ ਇਸ ਵੀਜ਼ੇ ਦੀ ਜੇ ਕੋਈ ਵੀ ਕੁਐਸਚਨ ਹੈ ਜਾਂ ਤੁਸੀਂ ਇਹਦੀਆਂ ਆਪਸ਼ਨਸ ਜਾਂ ਐਲੀਜੀਬਿਲਿਟੀ ਕ੍ਰਾਈਟੀਰੀਆ ਚੈੱਕ ਕਰਾਉਣਾ ਚਾਹੁੰਦੇ ਤਾਂ ਤੁਸੀਂ ਹੋਪ ਇਮੀਗ੍ਰੇਸ਼ਨ ਸਰਵਿਸ ਨੂੰ ਥੱਲੇ ਦਿੱਤੇ ਗਏ ਨੰਬਰਾਂ 'ਤੇ ਕੰਟੈਕਟ ਕਰ ਸਕਦੇ ਹੋ। ਅਤੇ ਹੋਪਫੁਲੀ ਆਪਾਂ ਸਾਰੇ ਜਣੇ ਇਸ ਡਿਫੀਕਲਟ ਟਾਈਮ ਦੇ ਵਿੱਚੋਂ ਬਾਹਰ ਨਿਕਲ ਆਵਾਂਗੇ। ਸ਼ੱਬਾ ਖੈਰ, ਸਤਿ ਸ਼੍ਰੀ ਅਕਾਲ।